ਵਧਾਂਗੇ ਅਗਲੀ ਖਬਰ ਵੱਲ। ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਨੂੰ ਸਾਫ਼ ਸੁਥਰੀ ਦਿੱਖ ਦੇਣ ਦੇ ਲਈ ਅਤੇ ਠੋਸ ਰਹਿੰਦ ਖੂੰਹਦ ਦੇ ਪੱਕੇ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੂਰਾ ਦਿਨ ਨਵੀਂ ਦਿੱਲੀ ਵਿੱਚ ਵੱਖ ਵੱਖ ਥਾਵਾਂ ਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਸਫਲ ਪ੍ਰੋਜੈਕਟਾਂ ਦਾ ਦੌਰਾ ਕੀਤਾ ਹੈ, ਜਿੱਥੇ ਉਹਨਾਂ ਨੇ ਵੱਖ ਵੱਖ ਕੰਪਨੀਆਂ ਵੱਲੋਂ ਤਿਆਰ ਪਾਵਰ ਪੁਆਇੰਟ ਪੇਸ਼ਕਾਰੀਆਂ ਵੀ ਵੇਖੀਆਂ ਨੇ। ਉੱਥੇ ਇਹਨਾਂ ਪ੍ਰੋਜੈਕਟਾਂ ਦਾ ਪ੍ਰੈਕਟੀਕਲ ਮੁਆਇਨਾ ਕਰਨ ਦੇ ਲਈ ਇਹਨਾਂ ਥਾਵਾਂ ਦਾ ਦੌਰਾ ਕੀਤਾ ਗਿਆ। ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਆਖਿਆ ਕਿ ਪੰਜਾਬ ਦੇ ਸ਼ਹਿਰੀ ਸੀਵਰੇਜ ਦੀ ਗੰਭੀਰ ਸਮੱਸਿਆ ਦੇ ਨਾਲ ਜੂਝ ਰਹੇ ਨੇ। ਉਹਨਾਂ ਨੇ ਅਤਿ ਆਧੁਨਿਕ ਤਕਨੀਕ ਦੇ ਨਾਲ ਲੈਸ 4 ਪ੍ਰੋਜੈਕਟ ਵੇਖੇ ਨੇ, ਜਿਨ੍ਹਾਂ ਨੂੰ ਘੱਟੋ ਘੱਟ 6 ਮਹੀਨਿਆਂ ਤੋਂ 2.5 ਸਾਲ ਤੱਕ ਦੇ ਸਮੇਂ ਤੱਕ ਨੇਪਰੇ ਚਾੜਿਆ ਜਾ ਸਕੇਗਾ। ਉਹਨਾਂ ਆਖਿਆ ਕਿ ਠੋਸ ਰਹਿਤ ਖੂੰਹਦ ਦੀ ਰੀਸਾਈਕਲਿੰਗ ਦੇ ਰਾਹੀਂ 5 ਤਰ੍ਹਾਂ ਦੇ ਊਰਜਾ ਉਤਪਾਦਨ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ 4 ਥੋੜੇ ਸਮੇਂ ਅੰਦਰ ਪੈਦਾ ਕੀਤੇ ਜਾ ਸਕਦੇ ਨੇ, ਜਿਵੇਂ ਕੰਪੋਸਟ ਖਾਦ, ਹਰਾ ਕੋਲਾ, ਪਲਾਸਟਿਕ ਅਤੇ ਬਾਇਓਗੈਸ। 5ਵਾਂ ਉਤਪਾਦਨ ਬਿਜਲੀ ਏ। ਇਸ ਪ੍ਰੋਜੈਕਟ ਨੂੰ ਲਗਾਉਣ ਦੇ ਵਿੱਚ ਘੱਟੋ ਘੱਟ 2 ਸਾਲ ਦਾ ਸਮਾਂ ਲੱਗਦਾ ਏ। ਉਹਨਾਂ ਆਖਿਆ ਕਿ ਜਿੱਥੇ ਸੂਬੇ ਦੇ ਸਾਰੇ ਸ਼ਹਿਰਾਂ ਦੇ ਕਸਬਿਆਂ ਦੇ ਸੀਵਰੇਜ ਦੀ ਸਫਾਈ ਵੱਡੀਆਂ ਸੁਪਰ ਸਕਸ਼ਨ ਮਸ਼ੀਨਾਂ ਦੇ ਰਾਹੀਂ ਜਲਦੀ ਸ਼ੁਰੂ ਕੀਤੀ ਜਾਵੇਗੀ, ਉੱਥੇ ਹੀ ਊਰਜਾ ਦੇ ਸਾਰੇ ਪਲਾਂਟ ਸੂਬੇ ਦੇ ਤਿੰਨੋ ਹਿੱਸਿਆਂ ਮਾਝਾ, ਮਾਲਵਾ ਤੇ ਦੁਆਬਾ ਲਾਉਣ ਦੀ ਪੇਸ਼ਕਸ਼ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਜਾਵੇਗੀ।